ਜਿੱਥੇ ਵੀ ਜਿਹੜੀਆਂ ਬੱਸਾਂ ਟੈਕਸ ਚੋਰੀ ਕਰਦੀਆਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕੁਝ ਦਿਨਾਂ ਦੇ ਵਿੱਚ ਵੇਖੋ ਇੱਕੇ ਦਮ ਤੇ ਅਸਰ ਹੋਣਾ ਨਹੀਂ, ਕਿਉਂਕਿ ਸਾਰਾ ਸਿਸਟਮ ਭ੍ਰਿਸ਼ਟ ਹੋਇਆ ਪਿਆ ਸਿਰ ਤੋਂ ਲੈ ਕੇ ਪੈਰਾਂ ਤੱਕ। ਇੱਕ ਦੋ ਦਿਨਾਂ ਦੇ ਵਿੱਚ PRTC ਦੀਆਂ ਬੱਸਾਂ ਵੀ ਨਵੀਆਂ ਅਸੀਂ ਦੇਣ ਜਾ ਰਹੇ ਹਾਂ। ਇੱਕ ਮਹੀਨੇ ਦਾ ਪੂਰਾ ਤੁਹਾਨੂੰ ਕੱਢ ਕੇ ਦਿਆਂਗੇ ਟਾਰਗੇਟ ਕਿ ਇੰਨਾ ਰੈਵਨਿਊ ਅਸੀਂ ਇੱਕ ਮਹੀਨੇ 'ਚ ਵਧਾਇਆ। ਚੈਕਿੰਗ ਕੀਤੀ ਜਾਵੇ ਹਰ ਹਾਈਵੇ 'ਤੇ, ਹਰ ਬੱਸ ਸਟੈਂਡ 'ਤੇ, ਜਿੱਥੇ ਜਿੱਥੇ ਵੀ ਕੋਈ ਵੀ ਸਾਡਾ ਟੈਕਸ ਚੋਰੀ ਕਰਦਾ। ਸਰਕਾਰ ਨਾਲ ਮੀਟਿੰਗ ਕੀਤੀ ਗਈ ਆ ਅਤੇ ਨਿਰਦੇਸ਼ ਦਿੱਤੇ ਗਏ ਕਿ ਜਿੱਥੇ ਜਿੱਥੇ ਵੀ ਜਿਹੜੀਆਂ ਬੱਸਾਂ ਟੈਕਸ ਚੋਰੀ ਕਰਦੀਆਂ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅਤੇ ਇੱਕ 24 ਘੰਟੇ ਦਾ ਦਿਨ ਰਾਤ ਦਾ ਇਹ ਕਿਹਾ ਗਿਆ ਕਿ ਚੈਕਿੰਗ ਕੀਤੀ ਜਾਵੇ ਹਰ ਹਾਈਵੇ 'ਤੇ, ਹਰ ਬੱਸ ਸਟੈਂਡ 'ਤੇ, ਜਿੱਥੇ ਜਿੱਥੇ ਵੀ ਕੋਈ ਵੀ ਸਾਡਾ ਟੈਕਸ ਚੋਰੀ ਕਰਦਾ ਜਾਂ ਜਿਹੜੀਆਂ ਬੱਸਾਂ ਬੱਸ ਸਟੈਂਡਾਂ ਦੇ ਵਿੱਚ ਨਹੀਂ ਵੜਦੀਆਂ ਉਹ ਜਾਇਜ਼ ਨਜਾਇਜ਼ ਸਮਾਨ ਲੱਦੀਆਂ ਬਾਹਰ ਬੱਸ ਸਟੈਂਡ ਤੋਂ ਬਾਹਰ, ਉਹਨਾਂ ਸਾਰਿਆਂ ਨੂੰ ਇੰਪਾਊਂਡ ਕੀਤਾ ਜਾਵੇ। ਜੋ ਬਣਦੇ ਉਹਨਾਂ ਦੇ ਜੁਰਮਾਨੇ ਉਹ ਲਾਗੂ ਕੀਤੇ ਜਾਣ ਅਤੇ ਉਹਨਾਂ ਤੋਂ ਲਏ ਵੀ ਜਾਣ। ਪੁਲਿਸ ਪਿਛਲੇ ਦਿਨਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋਈ ਵੀ ਹੈ? ਕੁਝ ਬੱਸਾਂ ਤੁਹਾਨੂੰ ਕੋਈ ਗੈਰ ਕਾਨੂੰਨੀ ਪਾਈਆਂ ਗਈਆਂ, ਕੋਈ ਟੈਕਸ ਜਿਹਨੇ ਨਹੀਂ ਭਰਿਆ ਸੀ ਬੱਸਾਂ ਹੁਣ ਤੱਕ ਕੋਈ ਟਰੇਸ ਵੀ ਹੋਈਆਂ ਕਿ ਹਾਲੇ ਇਹ ਸ਼ੁਰੂਆਤ ਕਰਨ ਜਾ ਰਹੇ? ਬਿਲਕੁਲ ਹੋਈਆਂ, ਹਰ ਜ਼ਿਲ੍ਹੇ ਦੇ ਵਿੱਚ ਹਰ RTA ਨੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੀ ਕਾਰਵਾਈ ਅਮਲ 'ਚ ਲਿਆਂਦੀ ਆ, ਜਦੋਂ ਦੇ ਨਿਰਦੇਸ਼ ਦਿੱਤੇ ਗਏ ਆ, ਹਰ ਰੋਜ਼ ਚੈਕਿੰਗ ਹੋ ਰਹੀ ਆ ਅਤੇ ਜਿਹੜੀਆਂ ਬੱਸਾਂ ਟੈਕਸ ਤੋਂ ਬਿਨਾਂ ਪਾਈਆਂ ਜਾਂਦੀਆਂ ਉਹਨਾਂ ਤੋਂ ਜੁਰਮਾਨਾ ਵੀ ਵਸੂਲਿਆ ਜਾਂਦਾ। ਆ ਕੁਝ ਦਿਨ ਪਹਿਲਾਂ ਹੀ ਅਸੀਂ ਆਪਰੇਸ਼ਨ ਕੀਤਾ ਸੀ ਅੰਮ੍ਰਿਤਸਰ ਵਿਖੇ, ਉੱਥੇ ਜਿਹੜਾ ਦੋਸ਼ੀ ਪਾਇਆ ਗਿਆ ਡਰਾਈਵਰ RTA ਦਾ, ਉਹ ਲੋਕਾਂ ਨੇ ਕਿਹਾ, ਉੱਥੇ ਜਿਹੜੇ ਬੱਸਾਂ ਦੇ ਚਾਲਕ ਨੇ ਉਹਨਾਂ ਕਿਹਾ ਵੀ ਪੁੱਛਿਆ ਗਿਆ ਟੈਕਸ ਨਹੀਂ ਤੁਸੀਂ ਪੇ ਕੀਤਾ, ਅਤੇ ਉਹਨਾਂ ਨੂੰ ਕਿਹਾ ਗਿਆ ਕਿ ਇੱਥੇ ਸਾਡੇ ਤੋਂ ਹਫ਼ਤਾ ਵਸੂਲਿਆ ਜਾਂਦਾ, ਮਹੀਨਾ ਜਿਹੜਾ ਡਰਾਈਵਰ ਉਹ ਲੈ ਕੇ ਜਾਂਦਾ। ਉਹ ਡਰਾਈਵਰ ਜਿਹੜੇ ਲੰਮੇ ਸਮੇਂ ਤੋਂ ਪੰਜਾਬ ਪੁਲਿਸ ਤੋਂ ਆ ਕੇ RTA ਦੇ ਡਰਾਈਵਰ ਲੱਗੇ ਆ, ਵੇਖੋ ASI ਸੀ ਉਹ ਮੁਲਾਜ਼ਮ, ASI ਤੋਂ ਡਰਾਈਵਰ ਲੱਗਾ ਆ ਕੇ, ਅਤੇ ਉਹਨੂੰ ਉਹਦੇ ਮਹਿਕਮੇ 'ਚ ਡੈਪੂਟੇਸ਼ਨ 'ਤੇ ਇੱਧਰ ਆਏ, ਉਹਨੂੰ ਡੈਪੂਟੇਸ਼ਨ ਤੋਂ ਤੋੜ ਕੇ ਉਹਨੂੰ ਫਿਰ ਉਹਦੇ ਮਹਿਕਮੇ 'ਚ ਭੇਜਿਆ ਗਿਆ, ਇਨਕੁਆਇਰੀ ਮਾਰਕ ਕਰ ਦਿੱਤੀ ਗਈ ਆ, ਦੋਸ਼ੀ ਪਾਇਆ ਗਿਆ ਅਤੇ ਉੱਤੇ ਬਣਦੀ ਕਾਰਵਾਈ ਵੀ ਹੋਏਗੀ, ਵਿਜੀਲੈਂਸ ਨੂੰ ਇਨਕੁਆਇਰੀ ਦਿੱਤੀ ਗਈ ਉਹਦੀ। ਪਿਛਲੇ ਸਾਲ ਦੇ ਵਿੱਚ ਦੋ ਤਿੰਨ ਚੀਜ਼ਾਂ ਤੁਸੀਂ ਕੀਤੀਆਂ ਕਿ ਜਿਹੜੀਆਂ ਟੈਕਸ ਜਿਨ੍ਹਾਂ ਨੇ ਨਹੀਂ ਭਰੇ ਉਹ ਬੱਸਾਂ ਦੇ ਪਰਮਿਟ ਰੱਦ ਕੀਤੇ ਜਾਣਗੇ, ਪਰਮਿਟ ਔਨਲਾਈਨ ਕੀਤੇ ਜਾਣਗੇ, ਤਾਂ ਇਹ ਜਿਹੜੀਆਂ ਤਮਾਮ ਚੀਜ਼ਾਂ ਨੂੰ ਲੈ ਕੇ ਹੁਣ ਤੱਕ ਕੀ ਅਪਡੇਟ ਹੈ ਜੀ? ਬਿਲਕੁਲ, ਜਿਹੜਾ ਅਸਰ ਵੇਖਣ ਨੂੰ ਵੀ ਮਿਲਿਆ ਅਤੇ ਜਿਹੜੇ ਚੋਰੀ ਕਰਦੇ ਸਨ ਟੈਕਸ ਹੁਣ ਉਹ ਟੈਕਸ ਵੀ ਜਮ੍ਹਾਂ ਕਰਾ ਰਹੇ ਆ, ਅਤੇ ਕੁਝ ਦਿਨਾਂ ਦੇ ਵਿੱਚ ਵੇਖੋ ਇੱਕੇ ਦਮ 'ਤੇ ਅਸਰ ਹੋਣਾ ਨਹੀਂ, ਕਿਉਂਕਿ ਸਾਰਾ ਸਿਸਟਮ ਭ੍ਰਿਸ਼ਟ ਹੋਇਆ ਪਿਆ ਸਿਰ ਤੋਂ ਲੈ ਕੇ ਪੈਰਾਂ ਤੱਕ। ਡੇ ਬਾਈ ਡੇ, ਦਿਨ ਬਾਈ ਦਿਨ ਸੁਧਾਰ ਹੋਵੇਗਾ ਅਤੇ ਬਸ ਅਸੀਂ ਇਸੇ ਕੰਮ 'ਤੇ ਹੀ ਹਾਂ। 24 ਘੰਟੇ ਹਫ਼ਤੇ ਦੇ 7 ਦਿਨ ਇਸੇ ਕੰਮ 'ਤੇ ਹੀ ਆ ਕਿ ਜਿਹੜੇ ਚੋਰ ਟੈਕਸੀ ਦੀ ਚੋਰੀ ਕਰਦੇ ਆ ਜਾਂ ਟਰਾਂਸਪੋਰਟ ਮਾਫੀਆ, ਇਹਨੂੰ ਹਰੇਕ ਨੂੰ ਕਾਬੂ ਕੀਤਾ ਜਾਵੇ ਅਤੇ ਜਲਦੀ ਜਿਹੜਾ ਟਾਈਮ ਟੇਬਲ ਉਹ ਵੀ ਲਾਗੂ ਕਰ ਦਿੱਤਾ ਜਾਏਗਾ। ਇੱਕ ਜਿਹੜੀ ਟਰਾਂਸਪੋਰਟ ਨੀਤੀ ਆ ਉਹਦੇ 'ਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਲੋਕ ਮੰਗ ਕਰਦੇ ਵੀ ਆਹ ਸੁਧਾਰ ਹੋਣੇ ਚਾਹੀਦੇ ਆ, ਉਹ ਸਾਰੇ ਸੁਧਾਰ ਵੀ ਕਰਾਂਗੇ, ਡੇ ਬਾਈ ਡੇ ਸਾਰਾ ਕੁਝ ਠੀਕ ਹੋਵੇ। ਡੇਰਾਵਾਸੀ ਜਾਂ ਜ਼ੀਰਕਪੁਰ ਔਰ ਆਸ ਪਾਸ ਦੇ ਜਿਹੜੇ ਕਸਬੇ ਆ ਉੱਥੋਂ UP ਬਿਹਾਰ ਨੂੰ ਵੀ ਬੱਸਾਂ ਜਾਂਦੀਆਂ, ਕਿਆ ਐਸੀ ਬੱਸਾਂ ਦੇ ਉੱਤੇ ਵੀ ਨਕੇਲ ਕਰਨ ਦੀ ਤਿਆਰੀ ਹੈ? ਬਿਲਕੁਲ, ਉਹਨਾਂ 'ਤੇ ਵੀ ਜਿਹੜੀਆਂ ਨਜਾਇਜ਼ ਬੱਸਾਂ ਚੱਲਦੀਆਂ ਜਿਹੜੀਆਂ ਟੈਕਸ ਚੋਰੀ ਕਰਦੀਆਂ ਉਹਨਾਂ 'ਤੇ ਵੀ ਨਕੇਲ ਕੱਸਾਂਗੇ। ਅੱਗੇ ਕੀ ਹੁੰਦਾ ਸੀ, ਇਹਨਾਂ ਦੇ ਪਰਮਿਟ ਜਿਵੇਂ ਦੋ ਜੋੜ ਕੇ ਪਰਮਿਟ ਇਹਨਾਂ ਨੇ 250-300 ਕਿਲੋਮੀਟਰ ਦਾ ਬਣਾ ਲੈਣਾ, ਉਹ ਸਾਰਾ ਕੁਝ ਵੀ ਤੋੜ ਦਿੱਤਾ ਗਿਆ। ਜੇ ਉਹ ਚੰਡੀਗੜ੍ਹ ਤੋਂ ਬੱਸ ਪਹਿਲਾਂ ਅੰਮ੍ਰਿਤਸਰ ਨੂੰ ਜਾਂਦੀ ਸੀ, ਉਹ ਚੰਡੀਗੜ੍ਹ ਤੋਂ ਲੈ ਕੇ ਹਰੀਕੇ ਤੱਕ ਇੱਕ ਪਰਮਿਟ ਸੀ ਅਤੇ ਅੰਮ੍ਰਿਤਸਰ ਤੋਂ ਲੈ ਕੇ ਦੂਸਰਾ ਪਰਮਿਟ ਹਰੀਕੇ ਤੱਕ ਸੀ, ਉਹਨਾਂ ਦੋਵਾਂ ਨੂੰ ਤੋੜ ਕੇ ਇੱਕ ਪਰਮਿਟ ਕਰ ਦਿੱਤਾ ਗਿਆ। ਉਹ ਬੱਸ ਜਾਂ ਤਾਂ ਚੰਡੀਗੜ੍ਹ ਤੋਂ ਹਰੀਕੇ ਤੱਕ ਚੱਲੂਗੀ ਜਾਂ ਅੰਮ੍ਰਿਤਸਰ ਤੋਂ ਹਰੀਕੇ ਤੱਕ ਚੱਲੂ, ਇੱਕ ਬੱਸ ਇੱਕ ਪਰਮਿਟ ਕੀਤਾ ਗਿਆ। ਅੱਗੇ ਵਾਲੇ ਕੰਮ ਸਾਰੇ ਬੰਦ ਹੋਣਗੇ, ਚੋਰ ਮੋਰੀਆਂ ਸਾਰੀਆਂ ਖਤਮ ਹੋਣਗੀਆਂ। ਪੱਤਰਕਾਰ ਵੀਰਾਂ ਵੱਲੋਂ ਹਰ ਵਾਰ ਇਹੋ ਹੀ ਸਵਾਲ ਹੁੰਦਾ, ਇਹ ਫਾਈਲ ਦਿੱਲੀ CM ਸਾਹਿਬ ਕੋਲ ਵੀ ਭੇਜੀ ਗਈ ਆ, ਕੇਂਦਰ ਸਰਕਾਰ ਕੋਲ ਵੀ ਭੇਜੀ ਗਈ ਆ, ਜਲਦੀ ਅਸੀਂ ਇਹ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਜਲਦੋ ਜਲ ਚੱਲੇ, ਕਿਉਂਕਿ ਪੰਜਾਬ ਦੇ ਲੋਕਾਂ ਦੀ ਵੱਡੀ ਮੰਗ ਵੀ ਇਹ ਆ। ਵੇਖੋ ਜਿੱਥੇ ਵੀ ਲੋੜ ਹੋਊਗੀ ਅਸੀਂ ਜਾਵਾਂਗੇ, ਮੇਨ ਜ਼ਰੂਰਤ ਜਿਹੜੀ CM ਸਾਹਿਬ ਕੋਲ, CM ਸਾਹਿਬ ਦੇ ਟੇਬਲ 'ਤੇ ਫਾਈਲ ਗਈ ਆ ਅਤੇ ਜਲਦੀ ਅਸੀਂ ਚਲਾਉਣ ਦੀ ਕੋਸ਼ਿਸ਼ ਵੀ ਕਰਾਂਗੇ। ਪਿਛਲੀ ਸਰਕਾਰ ਵੱਲੋਂ ਭੇਜੀ ਗਈ ਜਾਂ ਤੁਹਾਡੀ ਸਰਕਾਰ ਨੇ ਭੇਜੀ ਇਸ ਵਾਰ? ਸਾਡੀ ਸਰਕਾਰ ਵੱਲੋਂ ਵੀ ਭੇਜੀ ਗਈ ਆ, ਹੁਣ ਭੇਜੀ ਗਈ ਆ, ਜਲਦੀ ਇਹਨੂੰ ਅਮਲ 'ਚ ਲਿਆਵਾਂਗੇ। ਨਹੀਂ, ਇਸ ਤੋਂ ਪਹਿਲਾਂ ਜੇ ਰਾਜਾ ਵੜਿੰਗ ਹੁਣਾਂ ਦੀ ਗੱਲ ਕੀਤੀ ਜਾਵੇ, ਤੁਸੀਂ ਕਿਹਾ ਕਿ ਲਗਾਤਾਰ ਜਿਹੜੇ ਰੇਡਾਂ ਮਾਰ ਰਹੇ ਹੋ, ਰਾਜਾ ਵੜਿੰਗ ਖੁਦ ਜਾ ਕੇ ਰੇਡਾਂ ਮਾਰਦੇ ਸੀਗੇ, ਕੀ ਤੁਹਾਡੇ ਵੱਲੋਂ ਵੀ ਕੋਈ ਇਦਾਂ ਸਟੈਪ ਲਿੱਤੇ ਜਾਊਗੇ, ਆਪ ਜਾ ਕੇ ਬੱਸਾਂ ਦੀ ਚੈਕਿੰਗ ਕੀਤੀ ਜਾਊਗੀ? ਬਿਲਕੁਲ, ਨਾਲ ਤੇ ਜਾਣਾ ਹੀ ਪਊਗਾ। ਵੇਖੋ ਅਫਸਰਸ਼ਾਹੀ ਕਿਤੇ ਨਾ ਕਿਤੇ ਕੋਈ ਨਾ ਕੋਈ ਦਾਗੀ ਦੇ ਵਿੱਚ ਹੈਗਾ ਨਾ, ਜਿਹੜਾ ਇੰਨਾ
ਭ੍ਰਿਸ਼ਟਾਚਾਰ ਫੈਲਿਆ ਪਿਆ, ਜਿਹੜੀ ਇੰਨੀ ਕਰਪਸ਼ਨ ਹੋ ਰਹੀ ਆ। ਅਸੀਂ ਆਪ ਵਿੱਚ ਜਾਵਾਂਗੇ, ਉੱਥੇ ਅਫਸਰ ਸ਼ਾਹੀ ਨੂੰ ਵੀ ਪਤਾ ਹੋਵੇਗਾ ਕਿ ਇੱਥੇ ਸਾਡਾ ਜਿਹੜਾ ਮਿਨਿਸਟਰ ਹੈ ਇਸ ਮਹਿਕਮੇ ਦਾ, ਉਹ ਕਦੇ ਵੀ ਸਾਡੀ ਚੈਕਿੰਗ ਕਰਨ ਆ ਸਕਦਾ। ਰੇਡਾਂ ਵੀ ਮਾਰੀਆਂ ਜਾਣਗੀਆਂ, ਜਿੱਥੇ ਕੋਈ ਦੋਸ਼ੀ ਪਾਇਆ ਜਾਵੇਗਾ ਉੱਥੇ ਬਣਦੀ ਕਾਰਵਾਈ ਵੀ। ਵੇਖੋ ਅਰਵਿੰਦ ਕੇਜਰੀਵਾਲ ਜੀ ਉਹ ਇਨਸਾਨ ਨੇ ਜਿਹਨਾਂ ਇਮਾਨਦਾਰੀ ਦਾ ਸਿੱਕਾ ਜਿਹੜਾ ਦਿੱਲੀ ਦੇ ਵਿੱਚ ਵਿਖਾ ਦਿੱਤਾ ਕਿ ਵਾਕਈ ਜੇ ਸਰਕਾਰ ਬਣੇ ਤਾਂ ਉਹ ਕੁਝ ਕਰ ਸਕਦੀ ਆ, ਤੇ ਪੰਜਾਬ ਲਈ ਵੀ ਉਹ ਸੰਸੀਅਰ ਨੇ ਕੇਜਰੀਵਾਲ ਸਾਹਿਬ। ਜੋ ਵੀ ਪੰਜਾਬ ਦੇ ਹਿੱਤ ਚ ਹੱਕਾਂ ਲਈ ਹੋਵੇਗਾ ਕੇਜਰੀਵਾਲ ਸਾਹਿਬ ਉਹਦੇ ਵਾਸਤੇ ਸੰਸੀਅਰ ਨੇ ਤੇ ਕਰਨਗੇ ਵੀ। ਤੇ ਰੈਵਨਿਊ ਦਾ ਕੀ ਸਟੇਟਸ ਹੈਗਾ ਇਸ ਵੇਲੇ, ਕਿੰਨੇ ਰੈਵਨਿਊ ਦੇ ਵਿੱਚ ਚੱਲ ਰਹੇ ਆ ਜੀ ਰੋਡਵੇਜ਼ ਜੀ? ਰੈਵਨਿਊ ਜਿਹੜਾ ਅਫਸਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਜੋ ਪਿਛਲੀ ਸਰਕਾਰ ਦੇ ਵੇਲੇ ਨਾਲੋਂ ਸਾਡਾ ਆਹ ਜਿਹੜਾ ਇੱਕ ਦੋ ਮਹੀਨੇ ਜਦੋਂ ਦਾ ਮਹਿਕਮਾ ਸੰਭਾਲਿਆ, ਅਜੇ ਇੱਕ ਮਹੀਨਾ ਪੂਰਾ ਨਹੀਂ ਹੋਇਆ, ਇੱਕ ਮਹੀਨੇ ਦਾ ਪੂਰਾ ਤੁਹਾਨੂੰ ਕੱਢ ਕੇ ਦਿਆਂਗੇ ਟਾਰਗੇਟ ਕਿ ਇੰਨਾ ਰੈਵਨਿਊ ਅਸੀਂ ਇੱਕ ਮਹੀਨੇ 'ਚ ਵਧਾਇਆ। ਅਜੇ ਇਨਪੁੱਟ ਇੱਕ ਮਹੀਨਾ ਹੋਇਆ ਹੀ ਨਹੀਂ, ਅਜੇ ਵਾਧੇ 'ਚ ਚੱਲ ਰਿਹਾ। ਇਹ ਇੱਕ ਮਹੀਨਾ ਜਿਸ ਦਿਨ ਪੂਰਾ ਹੋਵੇਗਾ ਤੁਹਾਨੂੰ ਇਨਪੁੱਟ ਦੱਸਾਂਗੇ ਕਿ ਅਸੀਂ ਕੀ ਵਧਾਇਆ। 28 ਬੱਸਾਂ ਨਵੀਆਂ ਵੀ ਤਰਨ ਤਾਰਨ ਤੁਸੀਂ ਹਰੀ ਝੰਡੀ? ਬਿਲਕੁਲ, 28 ਬੱਸਾਂ ਦਿੱਤੀਆਂ ਪੂਰੇ ਹਿੰਦੁਸਤਾਨ ਦੇ ਵਿੱਚ, ਵੱਖ ਵੱਖ ਰੂਟਾਂ ਦੇ ਜਿਹੜੇ ਲੰਮੇ ਸਮੇਂ ਤੋਂ ਬੰਦ ਪਏ ਸਨ ਉਹਨਾਂ 'ਤੇ ਚਾਲੂ ਕੀਤੀਆਂ। ਕੁਝ ਇੱਕ ਦੋ ਦਿਨਾਂ ਦੇ ਵਿੱਚ PRTC ਦੀਆਂ ਬੱਸਾਂ ਵੀ ਨਵੀਆਂ ਅਸੀਂ ਦੇਣ ਜਾ ਰਹੇ ਹਾਂ, ਇੱਕ ਦੋ ਦਿਨਾਂ ਵਿੱਚ ਹੀ ਉਹ ਚੱਲ ਵੇਖੋ। ਪੱਟੀ ਦੇ ਲੋਕਾਂ ਨੇ ਜਿਤਾ ਵੀ ਦਿੱਤੀਆਂ, ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਬੱਸਾਂ ਚੱਲੀਆਂ, ਉਹ ਰੂਟ ਜੰਮੂ ਤੱਕ, ਕਟੜਾ ਤੱਕ, ਵੈਸ਼ਨੋ ਦੇਵੀ, ਹਰ ਪਾਸੇ ਨੂੰ ਰੂਟ ਦੇਖੋ। ਉਹ ਮੁਲਾਜ਼ਮ ਵੀਰ ਸਾਡੇ ਆਪਣੇ ਪਰਿਵਾਰ, ਸਾਡੇ ਆਪਣੇ ਨੇ, ਉਹਨਾਂ ਦੇ ਹੱਕਾਂ ਲਈ ਸਾਨੂੰ ਜੋ ਵੀ ਕਰਨਾ ਪਵੇਗਾ ਕਰਾਂਗੇ। ਉਹਨਾਂ ਦੇ ਹੱਕ ਆਪਣੇ ਮੁਲਾਜ਼ਮ ਵੀਰਾਂ ਦੇ, ਉਹਨਾਂ ਨੂੰ ਲਿਆ ਕੇ ਦੇਵਾਂਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।